ਦੱਸ ਦੇ ਕਿ ਕਿਸਾਨ ਜੋ ਨੇ ਸ਼ੰਭੂ ਬਾਰਡਰ ਦੀ ਬਰੋਹਾਂ ਤੇ ਡਟੇ ਹੋਏ ਨੇ ਤੇ ਅੰਦੋਲਨਕਾਰੀ ਕਿਸਾਨਾਂ ਦੇ ਖਿਲਾਫ ਹੁਣ ਕਾਰਵਾਈ ਕੀਤੀ ਜਾਏਗੀ। ਵੱਡੀ ਖਬਰ ਦਾ ਜ਼ਿਕਰ ਕਰ ਰਿਹਾ, ਅੰਦੋਲਨਕਾਰੀ ਕਿਸਾਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਅੰਬਾਲਾ ਪੁਲਿਸ ਨੇ NSA ਯਾਨੀ ਕਿ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਜੋ ਕਾਰਵਾਈ ਹੈ ਅੰਦੋਲਨਕਾਰੀ ਕਿਸਾਨਾਂ ਦੇ ਖਿਲਾਫ ਵਿੱਢ ਦਿੱਤੀ ਹੈ। ਸਰਕਾਰੀ ਤੇ ਪ੍ਰਾਈਵੇਟ ਪ੍ਰਾਪਰਟੀ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਏਗੀ। ਨਾਲ ਹੀ ਕਿਸਾਨ ਲੀਡਰਾਂ ਦੀ ਜਾਇਦਾਦ ਕੁਰਕ ਕਰਕੇ ਭਰਪਾਈ ਵੀ ਕੀਤੀ ਜਾਏਗੀ। ਲੀਡਰਾਂ ਦੇ ਭੜਕਾਊ ਭਾਸ਼ਣਾਂ ਕਾਰਨ ਮਾਹੌਲ ਖਰਾਬ ਹੋਇਆ ਹੈ। ਹਰਿਆਣਾ ਪੁਲਿਸ ਨੇ ਕਿਹਾ ਹੈ ਇਸ ਵਿਚਾਲੇ ਅੰਦੋਲਨ ਦੌਰਾਨ 2 ਪੁਲਿਸ ਕਰਮੀਆਂ ਦੀ ਮੌਤ ਵੀ ਹੋਈ ਹੈ ਤੇ ਅੰਦੋਲਨ 'ਚ 30 ਪੁਲਿਸ ਕਰਮੀ ਜ਼ਖਮੀ ਹੋਏ ਨੇ ਤੇ ਤਸਵੀਰਾਂ ਤੁਹਾਨੂੰ ਵਿਖਾ ਰਹੇ। 13 ਤਰੀਕ ਤੋਂ ਹੀ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਜੋ ਕਿਸਾਨ ਲੀਡਰ ਨੇ ਉਹ ਡਟੇ ਹੋਏ ਨੇ। ਆਪਣੀਆਂ ਜੋ ਪੈਂਡਿੰਗ ਮੰਗਾਂ ਨੇ ਉਹਨਾਂ ਨੂੰ ਮੰਗਵਾਉਣ ਦੇ ਲਈ ਇਸ ਵਿਚਾਲੇ ਮਾਹੌਲ ਤਣਾਅਪੂਰਨ ਬਣਿਆ ਸੀਗਾ। 13 ਤਰੀਕ ਨੂੰ ਵੀ ਮਾਹੌਲ ਤਣਾਅਪੂਰਨ ਬਣਿਆ ਸੀਗਾ। ਇਸ ਦੇ ਵਿਚਾਲੇ ਅਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਸੀਗੇ। ਜੋ ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਤਸ਼ੱਦਦ ਢਾਇਆ ਗਿਆ, ਅਥਰੂ ਗੈਸ ਦੇ ਗੋਲੇ ਦਾਗੇ ਗਏ, ਜੋ ਪੈਲਟ ਗਨ ਸ਼ਾਟਸ ਨੇ ਉਹ ਦਾਗੀਆਂ ਗਏ। ਇਸ ਵਿਚਾਲੇ ਜੋ ਹਰਿਆਣਾ ਪੁਲਿਸ ਦਾ ਕਹਿਣਾ ਹੈ ਕਿ ਅੰਦੋਲਨਕਾਰੀ ਕਿਸਾਨ ਦੇ ਵੱਲੋਂ ਵੀ ਪਥਰਾਅ ਕੀਤਾ ਗਿਆ। ਇਸ ਦੇ ਵਿਚਾਲੇ ਇਸ ਪੂਰੇ ਅੰਦੋਲਨ 'ਚ ਇਸ ਪੂਰੇ ਤਣਾਅਪੂਰਨ ਮਾਹੌਲ 'ਚ ਪੁਲਿਸ ਕਰਮੀ ਵੀ ਜ਼ਖਮੀ ਹੋਏ ਨੇ, ਨਾਲੇ 2 ਪੁਲਿਸ ਕਰਮੀਆਂ ਦੀ ਵੀ ਮੌਤ ਹੋਈ। ਕਿਸਾਨ ਸ਼ੁਭਕਰਨ ਸਿੰਘ ਦੇ ਸੰਸਕਾਰ ਨੂੰ ਲੈ ਕੇ ਵੱਡੀ ਖਬਰ ਦਾ ਜ਼ਿਕਰ ਕਰ ਰਹੇ। ਕਿਸਾਨ ਲੀਡਰਾਂ ਨੇ ਪੰਜਾਬ ਸਰਕਾਰ ਦੇ ਅੱਗੇ ਸ਼ਰਤਾਂ ਰੱਖੀਆਂ ਨੇ। ਇਸ ਵਿਚਾਲੇ ਪਟਿਆਲਾ 'ਚ ਹੋਈ ਮੀਟਿੰਗ ਦੌਰਾਨ ਆ ਜੋ ਸ਼ਰਤਾਂ ਨੇ ਉਹ ਰੱਖੀਆਂ ਗਈਆਂ ਨੇ। ਸਰਵਨ ਸਿੰਘ ਪੰਦੇੜ ਜੋ ਕਿਸਾਨ ਲੀਡਰ ਨੇ, ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸ਼ੁਭਕਰਨ ਦੇ ਮਾਮਲੇ 'ਚ FIR ਦਰਜ ਕਰੇ, ਹਰਿਆਣਾ ਦੇ ਜ਼ਿੰਮੇਵਾਰ ਅਧਿਕਾਰੀ ਦੇ ਖਿਲਾਫ਼ FIR ਦਰਜ ਹੋਵੇ, ਸ਼ੁਭਕਰਨ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਸਹਿਮਤੀ ਨਾ ਬਣੀ ਤਾਂ ਸੰਸਕਾਰ ਲਟਕ ਸਕਦਾ ਹੈ, ਪੰਦੇੜ ਦਾ ਕਹਿਣਾ। ਇਸ ਵਿਚਾਲੇ ਪੰਦੇੜ ਨੇ ਕਿਹਾ ਹੈ ਕਿ ਕੇਂਦਰ MSP ਦੀ ਗਾਰੰਟੀ ਦੇ ਕਾਨੂੰਨ ਦਾ ਹੱਲ ਦੱਸੇ, MSP ਦੀ ਗਾਰੰਟੀ ਦੇ ਕਾਨੂੰਨ ਤੇ ਏਜੰਡੇ ਤੇ ਗੱਲ ਕੀਤੀ ਜਾਵੇ। ਤੇ ਤਸਵੀਰ ਤੁਹਾਨੂੰ ਵਿਖਾ ਰਹੇ ਹੇਠਲੇ ਪਾਸੇ, ਆ ਤਸਵੀਰ ਹੈ ਸ਼ੁਭਕਰਨ ਸਿੰਘ ਦੀ, ਜੋ ਕਿ ਖਨੌਰੀ ਬਾਰਡਰ 'ਚ ਜਿਸਨੂੰ ਕਿ ਪੈਲਟ ਗਨ ਸ਼ਾਟ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ। ਪ੍ਰੈਸ ਦੇ ਫੋਨ ਆ ਰਹੇ ਵੀ ਤੁਸੀਂ ਦੱਸੋ ਕੱਲ ਦੇ ਸੰਸਕਾਰ ਦਾ ਕੀ ਪ੍ਰੋਗਰਾਮ ਹੈਗਾ। ਇਸ ਕਰਕੇ ਦੇਖੋ, ਹੁਣ ਜਿੰਨਾ ਚਿਰ ਸਰਕਾਰ ਹਰਿਆਣੇ ਦੇ ਅਧਿਕਾਰੀਆਂ ਅਰਧ ਸੈਨਿਕਾਂ ਤੇ ਪੁਲਿਸ ਤੇ ਕੋਈ FIR ਦਰਜ ਨਹੀਂ ਕਰਦੀ, ਉਹਨਾਂ 'ਚ ਸ਼ਾਇਦ ਗੱਲ ਅੱਗੇ ਨਾ ਵਧੇ। ਪਹਿਲਾਂ ਸਾਨੂੰ ਅਧਿਕਾਰੀ ਸਿਖਾਉਂਦੇ ਨੇ ਵੀ ਪਹਿਲੀ FIR ਤੇ ਕਰ ਦੇਈਦੀ ਹੁੰਦੀ ਆ, ਮੁੜ ਕੇ ਜਾਂਚ ਕਰ ਲੈਣੀ ਚਾਹੀਦੀ ਹੈ। ਜਾਂਚ ਤਾਂ ਫਿਰ ਹੋਜੂ ਵੀ ਅਸੀਂ ਕਿੰਨਾ ਦੇ ਵਕੂਵੇ 'ਚ ਲਾਸ਼ ਪਈ ਸੀ, ਕਿੱਥੇ ਫਾਇਰਿੰਗ ਹੋਈ, ਸਾਰਾ ਕੁਝ ਸਾਡੇ ਸਾਹਮਣੇ ਆਜੂ, ਜਦਕਿ ਸਾਰੀਆਂ ਵੀਡੀਓ ਸਾਹਮਣੇ ਨੇ ਹੈਗੀਆਂ। ਔਰ ਸ਼ਾਇਦ ਅਸੀਂ ਇਹ ਵੀ ਕਹਿ ਰਹੇ ਵੀ ਪੰਜਾਬ ਸਰਕਾਰ ਸ਼ਹੀਦ ਨੂੰ ਸ਼ਹੀਦੀ ਵਾਲਾ ਦਰਜਾ ਦੇਵੇ। ਤੋ ਦੇਖਣਾ ਸਾਡੀ ਸਰਕਾਰ ਪ੍ਰਪੋਜ਼ਲ 'ਤੇ ਕੀ ਗੱਲ ਕਰਦੀ। ਲਗਭਗ 4 ਵਜੇ ਪ੍ਰਪੋਜ਼ਲ ਚਲੀ ਗਈ ਸੀ, ਅਜੇ ਤੱਕ ਸਰਕਾਰ ਵੱਲੋਂ ਫਾਈਨਲ ਕੋਈ ਗੱਲਬਾਤ ਨਹੀਂ ਆਈ ਹੈਗੀ। ਕਿਸਾਨੀ ਅੰਦੋਲਨ 'ਚ ਜਾਨ ਗੁਆਉਣ ਵਾਲੇ ਸ਼ੁਕਰਨ ਦੇ ਘਰ ਮਾਤਮ ਦਾ ਮਾਹੌਲ ਹੈ ਤੇ ਵੱਡੀ ਗਿਣਤੀ 'ਚ ਲੋਕ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਨੇ। ਤਾਂ ਉੱਥੇ ਹੀ ਕਿਸਾਨ ਜਥੇਬੰਦੀਆਂ ਨੇ ਸ਼ੁਕਰਨ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ ਤੇ ਨਾਲ ਹੀ ਹਰਿਆਣਾ ਪੁਲਿਸ ਦੀ ਕਾਰਵਾਈ ਖਿਲਾਫ਼ ਕੇਸ ਦਰਜ ਕਰਨ ਦੀ ਵੀ ਮੰਗ ਰੱਖੀ ਹੈ। ਖਨੌਰੀ ਬਾਰਡਰ ਤੇ ਕਿਸਾਨੀ ਸੰਘਰਸ਼ ਦੇ ਦੌਰਾਨ ਜਾਨ ਗੁਆਉਣ ਵਾਲੇ ਸ਼ੁਭਕਰਨ ਦੇ ਘਰ ਮਾਤਮ ਪਸਰਿਆ ਹੋਇਆ। ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿੱਚ ਨੇ। ਬਠਿੰਡਾ ਦੇ ਪਿੰਡ ਬੱਲੋਂ ਦੇ ਲੋਕ ਇਸ ਦੁੱਖ ਦੀ ਘੜੀ ਦੇ ਵਿੱਚ ਪੀੜਤ ਪਰਿਵਾਰ ਦੇ ਨਾਲ ਖੜੇ ਨੇ ਤੇ ਲਗਾਤਾਰ ਸਮਾਜ ਸੇਵੀ ਸੰਸਥਾਵਾਂ, ਸਿਆਸੀ ਤੇ ਕਿਸਾਨ ਆਗੂ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਦੇ ਲਈ ਪਹੁੰਚ ਰਹੇ ਨੇ। ਉੱਥੇ ਮ੍ਰਿਤਕ ਨੌਜਵਾਨ ਦੇ ਘਰ ਦੇ ਬਾਹਰ ਇੱਕ ਬੋਰਡ ਵੀ ਲਗਾਇਆ ਗਿਆ ਜਿਸ ਤੇ ਸ਼ਹੀਦ ਸ਼ੁਭਕਰਨ ਲਿਖਿਆ ਗਿਆ ਤੇ ਨੌਜਵਾਨ ਨੂੰ ਸ਼ਰਧਾਂਜਲੀ ਦਿੰਦੇ ਹੋਏ ਪਰਿਵਾਰ ਤੇ ਪਿੰਡ ਵਾਸੀਆਂ ਦੇ ਵੱਲੋਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਜਾ ਰਹੀ ਹੈ।
ਸਰਕਾਰਾਂ ਨੂੰ ਕੁਝ ਸੋਚਣਾ ਚਾਹੀਦਾ। ਮਾਵਾਂ ਹੀ ਤੜਫੀ ਜਾਣਗੀਆਂ, ਚੱਕ ਕੇ ਸਿਵਿਆਂ ਚ ਬਸ ਸੰਸਕਾਰ ਕਰਦੀਆਂ ਰਹਿਣਗੀਆਂ। ਸਰਕਾਰ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਜਿਵੇਂ ਘਰ ਦੇ ਹਾਲਾਤ ਵੇਖ ਕੇ ਜੀ, ਵੀ ਮੁੰਡਾ ਜੀ ਨੌਜਵਾਨ ਮਿਹਨਤੀ ਸੀ, ਘਰ ਦੇ ਵਿੱਚੋਂ ਗਰੀਬੀ ਕੱਢਣਾ ਚਾਹੁੰਦਾ ਸੀ ਜੀ, ਤੇ ਪਸ਼ੂ ਡੰਗਰ ਜੋ ਵੀ ਪਾਲ ਕੇ ਆਪਦਾ ਰੁਜ਼ਗਾਰ ਕਰਦਾ ਸੀ ਜੀ। ਅੱਜ ਤਾਂ ਜੀ ਮੰਨ ਕੇ ਚੱਲੋ ਜੀ ਘਰ ਦੇ ਵਿੱਚ ਕੋਈ ਵੀ ਪਿੱਛੇ ਦੇਖਣ ਯੋਗ ਨਹੀਂ ਰਿਹਾ ਜੀ। ਉੱਥੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਅੱਗੇ ਮੰਗ ਰੱਖੀ ਹੈ ਕਿ ਸ਼ੁਭਕਰਨ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਨਾਲ ਹੀ ਪਰਿਵਾਰ ਦੇ ਲਈ ਆਰਥਿਕ ਸਹਾਇਤਾ ਦੀ ਵੀ ਮੰਗ ਕਰਦੇ ਹੋਏ ਕਿਹਾ ਕਿ ਹਰਿਆਣਾ ਪੁਲਿਸ ਦੀ ਕਾਰਵਾਈ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ। ਹਰਿਆਣਾ ਗਵਰਨਮੈਂਟ ਨਾਲ ਜਿਹੜੀ ਸਾਡੀ ਲੜਾਈ ਹੈ, ਪੰਜਾਬ ਗਵਰਨਮੈਂਟ ਨੂੰ ਅਸੀਂ ਕਹਾਂਗੇ ਕਿ ਸਾਡਾ ਜਿਹੜੇ ਇਹ ਸ਼ਹੀਦ ਹੋਇਆ ਹੈ ਇਹਨੂੰ ਸ਼ਹੀਦ ਦਾ ਦਰਜਾ ਦੇਵੇ ਪੰਜਾਬ। ਸਾਡੇ ਏਰੀਏ ਚ ਆ ਕੇ ਸਾਡੇ ਨੌਜਵਾਨ ਦਾ ਕਤਲ ਕਰਨਾ, ਸਾਡੇ ਏਰੀਏ ਚ ਆ ਕੇ ਸਾਡੀ ਖੜੀ ਮਸ਼ੀਨਰੀ ਨੂੰ ਭੰਨਣਾ ਤੋੜਨਾ, ਇਹ ਸਾਰੇ ਦਾ ਸਾਰਾ ਸਿੱਧੇ ਸਿੱਧਾ ਪੰਜਾਬੀ ਦੇ ਭਾਰਤ ਦੇ ਅੰਦਰ ਜਿਹੜੀਆਂ ਸੀਮਾਵਾਂ ਨੂੰ ਉਲੰਘਣਾ ਕਰਨ ਵਾਲਾ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ। ਇਹਦੇ ਖਿਲਾਫ ਪੰਜਾਬ ਗਵਰਨਮੈਂਟ ਮੁਕੱਦਮਾ ਦਰਜ ਕਰੇ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਖਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਦੀ ਕਾਰਵਾਈ ਦੇ ਦੌਰਾਨ ਸ਼ੁਭਕਰਨ ਦੀ ਮੌਤ ਹੋ ਗਈ ਸੀ, ਜੋ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਬਠਿੰਡਾ ਦੇ ਪਿੰਡ ਬੱਲੋਂ ਦਾ ਰਹਿਣ ਵਾਲਾ ਸੀ। ਰਾਮਪੁਰਾ ਫੂਲ ਤੋਂ ਉਮੇਸ਼ ਸਿੰਗਲਾ, ਨਿਊਜ਼ 18 ਪੰਜਾਬ। ਖਨੌਰੀ ਬਾਰਡਰ ਤੇ ਹੋਈ ਹਿੰਸਾ ਤੇ ਸ਼ੁਭਕਰਨ ਦੀ ਮੌਤ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੱਖੀ ਹੋਈ ਹੈ। ਵਿਰੋਧੀ ਧਿਰਾਂ ਹਰਿਆਣਾ ਦੇ ਨਾਲ ਨਾਲ ਪੰਜਾਬ ਸਰਕਾਰ ਤੇ ਸਵਾਲ ਖੜੇ ਕਰ ਰਹੀਆਂ ਨੇ, ਜਦਕਿ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਸਰਕਾਰ ਕਿਸਾਨ ਦੇ ਨਾਲ ਡਟ ਕੇ ਖੜੀ ਹੈ। ਇੰਡੀਆ ਨੂੰ ਆ ਜਿਹੜੀ ਕਿਸਾਨਾਂ ਦੀ ਜਿਹੜੀ ਮੰਗਾਂ ਹੈ, ਜਿਹੜੀਆਂ ਉਹਨਾਂ ਨੇ ਕਮਿਟਮੈਂਟ ਕੀਤੀ ਸੀ, ਘੱਟ ਤੋਂ ਘੱਟ ਆਪਣੀ ਕਮਿਟਮੈਂਟ ਜ਼ਰੂਰ ਪੂਰੀ ਕਰਨੀ ਚਾਹੀਦੀ ਹੈ। ਅਤੇ ਨਾਲੇ ਅਗਲੇ ਮਹੀਨੇ ਸੈਸ਼ਨ ਹੈ ਪੰਜਾਬ ਦਾ, ਉਸ ਸੈਸ਼ਨ ਵਿੱਚ ਐਕਟ ਲੈ ਕੇ ਆਏ ਅਤੇ ਜਿਹੜੀ 22 ਫਸਲਾਂ ਦਾ ਭਗਵੰਤ ਮਾਨ ਨੇ ਵਾਅਦਾ ਕੀਤਾ ਪੰਜਾਬੀਆਂ ਨੂੰ, ਅਤੇ ਮੈਂ ਅਕਾਲੀ ਦਲ ਦੇ MLA ਜਿਹੜੇ ਹੈਗੇ ਉਹ ਅਸੈਂਬਲੀ ਵਿੱਚ ਉਹਨਾਂ ਦੀ ਭਗਵੰਤ ਮਾਨ ਦੇ ਜਿਹੜੇ ਐਕਟ ਲੈ ਕੇ ਆਊਗਾ 22 ਫਸਲਾਂ ਦੀ MSP ਦੇਣ ਦਾ, ਉਹਦਾ ਅਸੀਂ ਸਮਰਥਨ ਵੀ ਕਰਾਂਗੇ ਅਤੇ ਪੂਰੀ ਸਪੋਰਟ ਵੀ ਕਰਾਂਗੇ। ਸਾਹਮਣੇ ਉਹ ਬੈਰੀਗੇਟਿੰਗ ਲਾ ਕੇ ਸਾਹਮਣੇ ਉਹ ਆਪਦੀ ਫੋਰਸ ਬਫਰ ਲਾਓ, ਜੇ ਇੱਕ ਗੋਲਾ ਦਾਗਦਾ ਹੈ ਅਥਰੂ ਗੈਸ ਦਾ ਜਾਂ ਇੱਕ ਗੋਲੀ ਆਉਂਦੀ ਹੈ ਤੇ ਫਿਰ ਇਧਰੋਂ ਪੰਜਾਬ ਚੋਂ ਵੀ ਗੋਲੀ ਜਾਣੀ ਚਾਹੀਦੀ ਹੈ, ਪੰਜਾਬ ਚੋਂ ਵੀ ਅਥਰੂ ਗੈਸ ਗੋਲਾ ਜਾਣਾ ਚਾਹੀਦਾ। ਪਰਚਾ ਅੱਜ ਹੀ ਦਿਓ ਬਾਈ ਨੇਮ ਤੇ ਦਿਓ, ਅਗਰ ਤੁਸੀਂ ਪੰਜਾਬ ਦੇ ਹਮਦਰਦ ਹੈ ਤਾਂ ਗ੍ਰਹਿ ਮੰਤਰੀ ਹਰਿਆਣਾ ਤੇ ਅੱਜ ਪਰਚਾ ਦਿਓ। ਜੇ ਤੁਸੀਂ ਪੰਜਾਬ ਦੇ ਲੋਕਾਂ ਦੇ ਹਮਦਰਦ ਹੈ ਤਾਂ ਅੱਜ ਹੀ ਪਰਚਾ ਤੁਸੀਂ SP ਅੰਬਾਲਾ ਤੇ ਦਿਓ, ਬਾਈ ਨੇਮ ਦਿਓ ਔਰ ਚਲਾਨ ਪੇਸ਼ ਕਰੋ ਸ਼ੁਭਕਰਨ। ਕਿਸਾਨਾਂ ਦੇ ਨਾਲ ਗੱਲਬਾਤ ਕਰਵਾਉਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਖੁਦ ਬਤੌਰ ਵਕੀਲ ਬਤੌਰ ਕਿਸਾਨ ਉਸ ਮੀਟਿੰਗ ਦੇ ਅੰਦਰ ਬੈਠ ਕੇ ਪੰਜਾਬ ਦੇ ਕਿਸਾਨ ਦੀ ਗੱਲ ਕਰਦੇ ਰਹੇ, ਸਾਡੇ ਕੈਬਨਿਟ ਵਜ਼ੀਰ ਵੀ ਉੱਥੇ ਬੈਠੇ ਰਹੇ। ਸੋ ਇਹਨਾਂ ਦੇ ਦੋ ਮੈਂਬਰ ਪਾਰਲੀਮੈਂਟ ਨੇਗੇ, ਪਰਿਵਾਰ ਦੇ ਦੋ ਮੈਂਬਰ ਪਾਰਲੀਮੈਂਟ ਨੇਗੇ, ਹਰਸਿਮਰਤ ਕੌਰ ਬਾਦਲ ਜੀ, ਸਰਦਾਰ ਸੁਖਵੀਰ ਸਿੰਘ ਬਾਦਲ ਜੀ। ਦੋਨਾਂ ਨੇ ਜਦੋਂ ਪਾਰਲੀਮੈਂਟ ਚੱਲਦੀ ਸੀ ਉਸ ਸਮੇਂ ਵੀ ਹਾਦਾ ਨਾਰਾ ਨਹੀਂ ਮਾਰਿਆ ਔਰ ਉਸ ਤੋਂ ਬਾਅਦ ਵੀ ਨਹੀਂ ਮਾਰਿਆ। ਇਹ ਜਿੰਨਾ ਮਰਜ਼ੀ ਬੋਲੀ ਜਾਣ, ਪੰਜਾਬ ਦੇ ਲੋਕਾਂ ਨੂੰ ਪਤਾ ਗਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਕਿਸਾਨ ਵਿਰੋਧੀ ਪਾਰਟੀ ਪੰਜਾਬ ਦੇ ਅੰਦਰ ਹੈ ਤੇ ਭੂਮਿਕਾ ਨਿਭਾ ਰਿਹਾ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮ੍ਰਿਤਕ ਕਿਸਾਨ ਸ਼ੁਭਕਰਨ ਦੇ ਘਰ ਪਹੁੰਚ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਉਨ੍ਹਾਂ ਹਰਿਆਣਾ ਦੇ ਗ੍ਰਹਿ ਮੰਤਰੀ ਖਿਲਾਫ ਮਾਮਲਾ ਦਰਜ ਕਰਨ ਦੀ ਵੀ ਮੰਗ ਕੀਤੀ। ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤਸਵੀਰਾਂ 'ਚ ਨਜ਼ਰ ਆ ਰਹੇ ਨੇ। ਆ ਤਸਵੀਰਾਂ ਨੇ ਬਠਿੰਡਾ ਦੇ ਪਿੰਡ ਬੱਲੋ ਦੀਆਂ, ਜਦੋਂ ਕਿ ਕਿਸਾਨੀ ਸੰਘਰਸ਼ ਦੇ ਦੌਰਾਨ
ਅੱਜ ਉਹ ਕਿਸਾਨ ਤੁਹਾਨੂੰ ਤਸਵੀਰਾਂ 'ਚ ਵਿਖਾ ਰਿਹਾ ਸੱਜੇ ਪਾਸੇ।